ਮੈਂ ਨਹੀਂ, ਮੇਰੇ ਦੋਸਤ ਨਹੀਂ, ਮੇਰੀ ਫੈਮਿਲੀ ਨਹੀਂ, ਸਾਡੀ ਗਵਰਨਮੈਂਟ ਨਹੀਂ। ਕੁੱਲ ਜ਼ਮਾਨਾ ਕਹਿੰਦਾ ਹੈ ਦਿਲ ਸਭ ਤੋਂ ਕੋਮਲ ਔਰਗਨ ਹੈ ਬੋਡੀ ਦਾ, ਦਿਲ ਸਭ ਤੋਂ ਕੋਮਲ ਅੰਗ ਹੈ ਬੋਡੀ ਦਾ, ਔਰ ਕੋਮਲ ਅੰਗ ਦਾ ਖਿਆਲ ਵਧੇਰਾ ਰੱਖਣਾ ਪੈਂਦਾ। ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਦਿਨੇਸ਼ ਸੂਰੀ, ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ। ਦੋਸਤੋ, ਅੱਜ ਵਰਲਡ ਹਾਰਟ ਡੇ ਆ, ਔਰ ਅਸੀਂ ਪਹੁੰਚ ਚੁੱਕੇ ਹਾਂ IVY ਹੋਸਪਿਟਲ, ਔਰ ਇੱਥੋਂ ਦੇ ਜਿਹੜੇ ਕਰੂ ਮੈਂਬਰਸ ਨੇ ਉਹਨਾਂ ਨੂੰ ਦੇਖ ਕੇ ਇੱਕ ਕੋਟ ਯਾਦ ਆ ਰਿਹਾ। ਉਹ ਕੋਟ ਹੈ ਕਿ ਵੀ ਆਰ ਹੇਅਰ ਸੈਲੀਬ੍ਰੇਟਿੰਗ ਦਾ ਵਰਲਡ ਹਾਰਟ ਡੇ, ਬਟ ਵੀ ਰਿਮੈਂਬਰ ਵਨ ਥਿੰਗ, ਵੀ ਆਰ ਹੇਅਰ ਨੋਟ ਟੂ ਬ੍ਰੇਕ ਦਾ ਹਾਰਟਸ, ਬਟ ਵੀ ਆਰ ਹੇਅਰ ਟੂ ਵਿਨ ਦਾ ਹਾਰਟਸ। ਤਾਂ ਅੱਜ ਇਹ ਦਿਲ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਨ, ਕਿਉਂਕਿ ਜਿਹੜਾ ਦਿਲ ਹੈ ਉਹ ਸਭ ਤੋਂ ਕੋਮਲ, ਜਿਵੇਂ ਪਹਿਲੇ ਦੱਸਿਆ, ਔਰ ਦੁਨੀਆ ਦੀਆਂ ਜਿੰਨੀਆਂ ਵੀ ਖਾਸ ਚੀਜ਼ਾਂ ਹਨ ਉਹਨਾਂ ਨੂੰ ਛੂਹਿਆ ਨਹੀਂ ਜਾ ਸਕਦਾ, ਉਹਨਾਂ ਨੂੰ ਟੱਚ ਨਹੀਂ ਕੀਤਾ ਜਾ ਸਕਦਾ। ਜਿਵੇਂ ਹਵਾ ਹੋ ਗਈ, ਖੁਸ਼ੀ ਹੋ ਗਈ, ਉਹਨਾਂ ਨੂੰ ਸਿਰਫ ਦਿਲ ਨਾਲ ਮਹਿਸੂਸ ਕੀਤਾ ਜਾ ਸਕਦਾ। ਤਾਂ ਇਹ ਦਿਲ ਦੀ ਕੀ ਇੰਪੋਰਟੈਂਸ ਹੈ, ਅੱਜ ਸਾਨੂੰ ਉਹ ਦੱਸਣ ਜਾ ਰਹੇ ਹਨ, ਔਰ ਦਿਲ ਦੀ ਕਿਵੇਂ ਆਪਾਂ ਸੁਰੱਖਿਆ ਕਰ ਸਕਦੇ ਹਾਂ ਉਹ ਦੱਸਣ ਜਾ ਰਹੇ ਹਨ। ਉਸੇ ਕਰਕੇ ਅੱਜ ਵਰਲਡ ਹਾਰਟ ਡੇ ਨੂੰ IVY ਦੀ ਪੂਰੀ ਟੀਮ, ਡਾਕਟਰ ਸਾਹਿਬਾਨ ਔਰ ਇਹਨਾਂ ਦੇ ਪੂਰਾ ਕਰੂ ਮੈਂਬਰਸ ਮਿਲ ਕੇ ਸੈਲੀਬ੍ਰੇਟ ਕਰ ਰਹੇ ਹਨ। ਤਾਂ ਆਓ ਆਪਾਂ ਇਹਨਾਂ ਦੇ ਨਾਲ ਰਲ ਕੇ ਵਰਲਡ ਹਾਰਟ ਡੇ ਨੂੰ ਸੈਲੀਬ੍ਰੇਟ ਕਰਦੇ ਹਾਂ। ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ IVY ਹੋਸਪਿਟਲ ਨਵਾਂ ਸ਼ਹਿਰ ਵੱਲੋਂ ਸਾਰਿਆਂ ਦਾ ਵਰਲਡ ਹਾਰਟ ਡੇ 'ਤੇ ਕੰਗਰੈਚੁਲੇਟ ਕਰਦਾ ਹਾਂ। ਆਈ ਵਿਸ਼ ਐਵਰੀਵਨ ਏ ਹੈਪੀ ਵਰਲਡ ਹਾਰਟ ਡੇ। ਅੱਜ ਵਰਲਡ ਹਾਰਟ ਡੇ 29 ਸਪਟੈਂਬਰ ਐਵਰੀ ਸਾਲ ਮਨਾਇਆ ਜਾਂਦਾ ਹੈ। ਇਸ ਸਾਲ ਕਾ ਕਿਆ ਸਪੈਸ਼ਲ ਥੀਮ ਹੈ ਕਿ ਯੂਜ਼ ਹਾਰਟ ਟੂ ਕਨੈਕਟ ਹਾਰਟ, ਬੀ ਹੈਲਦੀ ਐਂਡ ਮੇਨਟੇਨ ਏ ਹੈਪੀ ਹਾਰਟ। ਹੈਪੀ ਵਰਲਡ ਹਾਰਟ ਡੇ। IVY ਹੋਸਪਿਟਲ ਨਵਾਂਸ਼ਹਿਰ ਤੋਂ GMO ਡਾਕਟਰ ਸਚਿਨ ਸੂਦ ਅਤੇ ਕਾਰਡੀਓਲੋਜਿਸਟ ਸਪੈਸ਼ਲਿਸਟ ਡਾਕਟਰ ਸਿੱਧੂ ਬਾਲੀ ਵੱਲੋਂ ਵਰਲਡ ਹਾਰਟ ਡੇ ਦੀਆਂ ਮੁਬਾਰਕਾਂ ਤੋਂ ਬਾਅਦ IVY ਦੇ ਸਾਰੇ ਡਾਕਟਰ ਸਹਿਬਾਨ ਅਤੇ ਸਮੂਹ ਫੈਕਲਟੀ ਮੈਂਬਰਸ ਨਵਾਂਸ਼ਹਿਰ ਦੇ DSP ਆਫਿਸ ਪਹੁੰਚੇ, ਜਿੱਥੇ ਨਾ ਕਿ ਸਿਰਫ IVY ਦੇ ਮੈਡੀਕਲ ਸਟਾਫ ਬਲਕਿ ਪੁਲਿਸ ਪ੍ਰਸ਼ਾਸਨ ਨੇ ਵੀ IVY ਦੇ ਸਟਾਫ ਨਾਲ ਮਿਲ ਕੇ DSP ਆਫਿਸ ਨਵਾਂਸ਼ਹਿਰ ਤੋਂ DC ਆਫਿਸ ਨਵਾਂਸ਼ਹਿਰ ਤੱਕ ਨੈਤਿਕਤਾ ਦੇ ਨਾਲ ਮੈਰਾਥਨ ਦਾ ਸਫ਼ਰ ਤੈਅ ਕੀਤਾ। ਮੋਰਓਵਰ, ਇਸ ਪੂਰੇ ਮੈਰਾਥਨ ਦੌਰਾਨ IVY ਦੇ ਸਟਾਫ ਨੇ ਵਰਲਡ ਹਾਰਟ ਡੇ 'ਤੇ ਲੋਕਾਂ ਨੂੰ ਹਾਰਟ ਡਿਸੀਜ਼ ਪ੍ਰਤੀ ਜਾਗਰੂਕ ਕਰਨ ਦੇ ਆਪਣੇ ਟੀਚੇ ਨੂੰ ਬਾਖੂਬੀ ਨਾਲ ਨਿਭਾਇਆ। ਆਓ ਹੁਣ ਸੁਣਦੇ ਹਾਂ GMO ਡਾਕਟਰ ਸਚਿਨ ਸੂਦ ਅਤੇ ਕਾਰਡੀਓਲੋਜਿਸਟ ਸਪੈਸ਼ਲਿਸਟ ਡਾਕਟਰ ਸਿੱਧੂ ਬਾਲੀ ਨੇ ਪੀਬੱਤੀ ਨਵਾਂਸ਼ਹਿਰ ਨਾਲ ਗੱਲਬਾਤ ਕਰਦੇ ਹੋਏ ਆਮ ਪਬਲਿਕ ਨੂੰ ਵਰਲਡ ਹਾਰਟ ਡੇ 'ਤੇ ਕੀ ਸੰਦੇਸ਼ ਦਿੱਤਾ। Life is so beautiful, life is most amazing, life is very fun when you have a healthy heart which beats right. Healthy heart is a key of healthy life. ਮੈਂ ਕਿਉਂ ਕਹਿ ਰਿਹਾ, ਕਿਉਂਕਿ ਜਿਹੜਾ ਹਾਰਟ ਹੈ ਉਹ ਸਾਨੂੰ ਕਰੇਜ ਦਿੰਦਾ, ਕਿਉਂਕਿ ਜੇ ਸਾਡੀ ਬੋਡੀ ਵਿੱਚ ਕੋਈ ਡਿਸਆਰਡਰ ਆ ਗਿਆ, ਕੋਈ ਡਿਸੀਜ਼ ਆ ਗਈ, ਅਸੀਂ ਉਹਨਾਂ ਲੜਨਾ ਕਿਵੇਂ, ਜੇ ਕੋਈ ਟਰਬਲ ਹੈ ਉਹਨੂੰ ਓਵਰਕਮ ਕਿਵੇਂ ਕਰਨਾ।
ਔਰ ਅੱਜ ਵਰਲਡ ਹਾਰਟ ਡੇ ਹੈ ਜਿਹਨੂੰ ਸੈਲੀਬ੍ਰੇਟ ਆਈ ਵੀ ਵਾਈ ਦਾ ਹੋਸਪਿਟਲ ਕਰ ਰਿਹਾ ਔਰ ਇਹਨਾਂ ਦਾ ਕਹਿਣਾ ਹੈ ਕਿ ਹੈਲਦੀ ਹਾਰਟ ਦੇ ਨਾਲ ਹੀ ਹੈਲਦੀ ਲਾਈਫ ਹੁੰਦੀ ਹੈ ਬਹੁਤ ਅੱਛਾ ਉਪਰਾਲਾ ਕਿਉਂਕਿ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਨੇ ਲੋਕਾਂ ਨੂੰ ਐਜੂਕੇਟ ਕਰਨਾ ਚਾਹੁੰਦੇ ਨੇ ਲੋਕਾਂ ਨੂੰ ਇਨਫੋਰਮ ਕਰਨਾ ਚਾਹੁੰਦੇ ਨੇ ਕਿ ਹਾਰਟ ਡਿਜ਼ੀਜ਼ ਤੋਂ ਕਿਵੇਂ ਬਚਿਆ ਜਾ ਸਕਦਾ ਕਿਵੇਂ ਪ੍ਰੀਵੈਂਟ ਕੀਤਾ ਜਾ ਸਕਦਾ ਇੱਕ ਰਿਪੋਰਟ ਦੀ ਮੰਨੀਏ ਤਾਂ ਹਰ ਸਾਲ 18.6 million ਲੋਕ ਆ ਜਿਹੜੇ ਉਹ ਹਾਰਟ ਡਿਜ਼ੀਜ਼ ਕਰਕੇ ਜਾਂ ਸਟ੍ਰੋਕ ਕਰਕੇ ਆਪਣੀ ਲਾਈਫ ਗਵਾ ਲੈਂਦੇ ਨੇ ਤਾਂ ਲੀਡਿੰਗ ਕੌਜ਼ ਹੈ ਇਸ ਤੋਂ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਸੋ ਬਹੁਤ ਅੱਛਾ ਉਪਰਾਲਾ ਆਈ ਵੀ ਬਾਈ ਦਾ ਸਾਡੇ ਨਾਲ ਹਾਰਟ ਸਪੈਸ਼ਲਿਸਟ ਸਿੱਧੂ ਬਾਲੀ ਜੀ ਮੌਜੂਦ ਹਨ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਆ ਫਿਰ ਪੂਰੀ ਗੱਲਬਾਤ ਕਰਾਂਗੇ ਬਹੁਤ ਨਿੱਘਾ ਸਵਾਗਤ ਹੈ ਸਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਐਂਡ ਆਈ ਵਿਸ਼ ਐਵਰੀਵਨ ਏ ਵਰਲਡ ਹੈਪੀ ਹਾਰਟ ਡੇ ਅੱਜ ਇਹ 29 September ਹਰ ਸਾਲ ਵਰਲਡ ਹਾਰਟ ਡੇ ਮਨਾਇਆ ਜਾਂਦਾ ਹੈ ਇਹ ਸਿਰਫ ਹਰ ਇੱਕ ਦਿਨ ਨਹੀਂ ਮਨਾਉਣਾ ਚਾਹੀਏ ਇਹ ਹਰ ਰੋਜ਼ ਹਮੇ ਇਹ ਜੋ ਵੀ ਹਮ ਐਕਟੀਵਿਟੀਜ਼ ਬਤਾ ਰਹੇ ਜਾਂ ਜੋ ਲਾਈਫ ਸਟਾਈਲ ਮੋਡੀਫਿਕੇਸ਼ਨ ਹੈ ਇਹ ਹਰ ਦਿਨ ਹਮਾਰੇ ਡੇਲੀ ਲਾਈਫ ਮੇ ਇਸਤੇਮਾਲ ਕਰਨਾ ਚਾਹੀਏ ਔਰ ਚੇਂਜਸ ਕਰਨਾ ਚਾਹੀਏ ਲਾਈਫ ਸਟਾਈਲ ਮੇ ਔਰ ਅੱਜ ਇਹ ਹਮ ਆਈ ਵੀ ਵਾਈ ਹੋਸਪਿਟਲ ਕੀ ਤਰਫ ਸੇ ਵਾਕਾਥੋਨ ਅਰੇਂਜ ਕੀਆ ਹੈ ਕਿ ਹਮ ਅੱਜ ਕੱਲ੍ਹ ਜ਼ਿਆਦਾਤਰ ਗਾੜੀਓ ਮੇ ਸਫ਼ਰ ਕਰਤੇ ਹੈ ਐਂਡ ਲਿਫਟ ਯੂਜ਼ ਕਰਤੇ ਹੈ ਤੋ ਇਹ ਸਾਰੇ ਦੇ ਆਰ ਆਲਸੋ ਰਿਸਕ ਫੈਕਟਰ ਫੋਰ ਮੋਟਾਪਾ ਬਢਨੇ ਕੀ ਐਂਡ ਉਸਕੇ ਕਾਰਨ ਹਾਰਟ ਡਿਜ਼ੀਜ਼ ਬਢਨੇ ਕੀ ਤੋ ਇਸਕਾ ਵਾਕਾਥੋਨ ਕਾ ਮਕਸਦ ਇਹ ਹੈ ਕਿ ਡੇਲੀ ਹਮ ਰੋਜ਼ ਐਟਲੀਸਟ 40 minutes ਬ੍ਰਿਸਕ ਵਾਕਿੰਗ ਜਾਂ ਕਈ ਤਰੀਕੇ ਕੇ ਜੋ ਵੀ ਹੈ ਐਕਸਰਸਾਈਜ਼ ਕੀਆ ਜਾਏ ਸਵਿਮਿੰਗ ਜਾਂ ਸਾਈਕਲਿੰਗ ਜਾਂ ਵਾਕਿੰਗ ਡੇਲੀ ਐਟਲੀਸਟ 40 minutes ਹਮਾਰੇ ਲਾਈਫ ਮੇ ਐਕਸਰਸਾਈਜ਼ ਇਨਵੋਲਵ ਕਰਨਾ ਚਾਹੀਏ ਸਰ ਮੈਂ ਦੋ ਚਾਰ ਕੁਐਸਚਨਸ ਵੀ ਲੈ ਲੈਂਦਾ ਕਿਉਂਕਿ ਤੁਸੀਂ ਬਹੁਤ ਅੱਛਾ ਐਕਸਪਲੇਨ ਵੀ ਕਰ ਰਹੇ ਹੋ ਅਤੇ ਨਾਲ ਦੀ ਨਾਲ ਜਿਹੜੀ ਸਾਡੀ ਆਡੀਅੰਸ ਘਰ ਬੈਠੀ ਹੈ ਪੰਜਾਬੀ ਵਿੱਚ ਸੁਣਨਾ ਚਾਹੁੰਦੇ ਤੁਸੀਂ ਹਿੰਦੀ ਇੰਗਲਿਸ਼ ਮਿਕਸ ਕਰਕੇ ਦੱਸ ਰਹੇ ਬਹੁਤ ਚੰਗਾ ਲੱਗ ਰਿਹਾ ਸਾਡਾ ਹਾਰਟ ਤੰਦਰੁਸਤ ਰਹੇ ਅਸੀਂ ਹਾਰਟ ਨੂੰ ਸਪੋਰਟ ਕਰ ਸਕੀਏ ਉਹਦੇ ਲਈ ਕੀ ਕਰਨਾ ਚਾਹੀਦਾ ਜਿਵੇਂ ਤੁਸੀਂ ਬ੍ਰਿਸਕ ਵਾਕ ਤਾਂ ਦੱਸੀ ਆ ਹੋਰ ਕੀ ਕੀ ਚੀਜ਼ਾਂ ਸਾਨੂੰ ਜਿਹੜੀਆਂ ਉਹ ਆਪਣੀ ਲਾਈਫ ਸਟਾਈਲ ਵਿੱਚ ਐਡ ਕਰਨੀਆਂ ਚਾਹੀਦੀਆਂ ਇੱਕ ਹੈ ਹੈਲਦੀ ਖਾਣਾ ਖਾਣਾ ਚਾਹੀਏ ਘਰ ਮੇ ਜੋ ਬਣਤਾ ਹੈ ਉਹੀ ਖਾਣਾ ਖਾਣਾ ਚਾਹੀਏ ਜਾਂ ਅਕਸਰ ਬਾਹਰ ਕਾ ਫਾਸਟ ਫੂਡ ਪ੍ਰੋਸੈਸਡ ਫੂਡ ਜੋ ਪੈਕਡ ਫੂਡ ਹੋਏ ਜਿਸ ਮੇ ਨਮਕ ਕੀ ਮਾਤਰਾ ਜ਼ਿਆਦਾ ਹੋਤਾ ਹੈ ਸਵੀਟਨਰਸ ਜ਼ਿਆਦਾ ਹੋਤੇ ਹੈ ਆਰਟੀਫਿਸ਼ਲ ਸਵੀਟਨਰਸ ਹੋਤੇ ਹੈ ਸ਼ੂਗਰ ਕੀ ਮਾਤਰਾ ਜ਼ਿਆਦਾ ਹੋਤਾ ਹੈ ਤੋ ਸਭਸੇ ਵਿਨਤੀ ਹੈ ਕਿ ਘਰ ਕਾ ਖਾਣਾ ਇਸਤੇਮਾਲ ਕਰੇ ਬਾਹਰ ਕਾ ਫਾਸਟ ਫੂਡ ਫੈਟੀ ਫੂਡ ਅਵੋਇਡ ਕਰੇ ਘੀ ਮਲਾਈ ਮੱਖਣ ਉਹ ਕਮ ਇਸਤੇਮਾਲ ਕਰੇ ਅਗਰ ਇਸਤੇਮਾਲ ਕਰਤੇ ਤੋ ਉਸਕੀ ਉਸੀ ਉਸਕੇ ਮੁਕਾਬਲੇ ਮੇਂ ਆਪਕੋ ਐਕਸਰਸਾਈਜ਼ ਜ਼ਰੂਰ ਕਰਨਾ ਚਾਹੀਏ ਕਿਸ ਸਮੇਂ ਸਾਨੂੰ ਡਾਕਟਰ ਕੋਲ ਜਾਣਾ ਹੀ ਚਾਹੀਦਾ ਘਰ ਦੇ ਟ੍ਰੀਟਮੈਂਟ ਛੱਡ ਦੇਣੇ ਚਾਹੀਦੇ ਕਿਉਂਕਿ ਨੋਰਮਲੀ ਆ ਜਿਹੜਾ ਆਮ ਇਨਸਾਨ ਹੈ ਉਹ ਕੋਈ ਡਿਟੈਕਟ ਹੀ ਨਹੀਂ ਹੁੰਦਾ ਉਹਨੂੰ ਗੈਸ ਹੈ ਕਿ ਹਾਰਟ ਦੀ ਪ੍ਰੋਬਲਮ ਅਕਰ ਹੋ ਚੁੱਕੀ ਹੈ ਅੱਜ ਕੱਲ੍ਹ ਹਾਰਟ ਕੇ ਹਾਰਟ ਕੇ ਸਿਮਟਮਸ ਜੋ ਹੋਤੇ ਕਈ ਟਾਈਮ ਐਟੀਪੀਕਲ ਬੋਲਤੇ ਹੈ ਜਿਸਕੋ ਤੋ ਉਸ ਟਾਈਮ ਅੱਜ ਕੱਲ੍ਹ ECG ਸਬਕੇ ਨਜ਼ਦੀਕੀ ਲੈਬੋਰੇਟਰੀਜ਼ ਮੇਂ ਵੀ ਅਵੇਲੇਬਲ ਹੈ ਫਿਜ਼ੀਸ਼ੀਅਨ ਕੇ ਪਾਸ ਵੀ ਅਵੇਲੇਬਲ ਹੈ ਤੋ ਸਬਸੇ ਫਸਟ ਇਹ ਇੱਕ ਐਟਲੀਸਟ ਅਗਰ 40 ਕੇ ਏਜ ਕੇ ਅਬੋ ਹੈ ਤੋ ਇੱਕ ECG ਜ਼ਰੂਰ ਕਰਵਾਉਣਾ ਚਾਹੀਏ ਕਿ ਪਹਿਲੇ 10-15 ਸਾਲ ਪਹਿਲੇ ECG ਅਵੇਲੇਬਿਲਿਟੀ ਕਮ ਹੋਤਾ ਥਾ ਅੱਜ ਕੱਲ੍ਹ ਹਰ 10-20 ਕਿਲੋਮੀਟਰ ਮੇਂ ECG ਅਵੇਲੇਬਲ ਹੈ ਲੈਬ ਅਵੇਲੇਬਲ ਹੈ ਤੋ ਆਪ ਡਾਕਟਰ ਕੀ ਕੰਸਲਟ ਕਰਕੇ ਉਨਕੀ ਕੇ ਇੱਕ ਮਿਨੀਮਮ ਇੱਕ ECG ਕਰਕੇ ਫਾਈਂਡ ਆਊਟ ਕਰ ਸਕਤੇ ਕਿ ਇਹ ਗੈਸ ਹੈ ਜਾਂ ਹਾਰਟ ਕੀ ਪ੍ਰੋਬਲਮ ਹੈ ਅਗਰ ਉਸਮੇ ਕੁਛ ਲੱਗਤਾ ਹੈ ਕਿ ਕੁਛ ਡਾਊਟ ਹੈ ਤੋ ਦੈਨ ਆਗੇ TMT ਹੈ ਹਾਰਟ ਕੀ ਸਕੈਨ ਹੈ ਹਾਰਟ ਕੀ ਸਪੈਸ਼ਲਿਸਟ ਕੇ ਪਾਸ ਜਾ ਸਕਤੇ ਹੈ ਅੱਜ ਕੱਲ੍ਹ ਬੜੀ ਅਨਐਕਸਪੈਕਟਡ ਸਿਚੁਏਸ਼ਨਸ ਆ ਰਹੀ ਹਨ ਅਰਲੀਅਰ ਕੀ ਹੁੰਦਾ ਸੀ ਕਿ ਜਿਹੜੇ ਰਿਟਾਇਰਡ ਬੰਦੇ ਉਹਨਾਂ ਨੂੰ ਦੇਖਿਆ ਜਾਂਦਾ ਸੀਗਾ ਕਿ ਹਾਰਟ ਦੀ ਡਿਜ਼ੀਜ਼ ਆ ਗਈ ਆ ਅਕਰ ਕਰ ਗਈ ਆ ਹਾਰਟ ਡਿਜ਼ੀਜ਼ ਇੱਕ ਤਰ੍ਹਾਂ ਦਾ ਸਾਇਲੈਂਟ ਕਿਲਰ ਵੀ ਹੈ ਨੌਜਵਾਨਾਂ ਵਿੱਚ ਹੁਣ ਬਹੁਤ ਵਾਧੂ ਮਾਤਰਾ ਵਿੱਚ ਪਾਇਆ ਜਾ ਰਿਹਾ ਉਹਦੇ ਲਈ ਤੁਸੀਂ ਨੌਜਵਾਨਾਂ ਨੂੰ ਕਿਵੇਂ ਜਾਗਰੂਕ ਕਰਨਾ ਚਾਹੋਗੇ ਹੈਂਗ ਪਾਪੂਲੇਸ਼ਨ ਕੋ ਮੈਂ ਇਹੀ ਸਜੈਸਟ ਕਰੂੰਗਾ ਕਿ ਡੇਲੀ ਆਪ ਵਾਕਿੰਗ ਕਰੀਏ ਬ੍ਰਿਸਕ ਵਾਕਿੰਗ ਐਟਲੀਸਟ 1 hour ਐਕਸਰਸਾਈਜ਼ ਕਰਨਾ ਜ਼ਰੂਰੀ ਹੈ ਐਂਡ ਹੈਲਦੀ ਖਾਣਾ ਖਾਣਾ ਚਾਹੀਏ ਹਮਾਰੇ ਅਭੀ ਕੇ ਜੋ ਯੰਗ ਪਾਪੂਲੇਸ਼ਨ ਹੈ ਉਸਮੇ ਜ਼ਿਆਦਾ ਮੈਨੁਅਲ ਕਾਮ ਨਹੀਂ ਹੈ ਆਫਿਸ ਮੇਂ ਦਫ਼ਤਰ ਮੇਂ ਜੋ ਬੈਠ ਕੇ ਕਾਮ ਕਰਤੇ ਉਨਕੋ ਇਹ ਹੈ ਕਿ ਆਫਿਸ ਕਾਮ ਕੇ ਇਲਾਵਾ ਜਾਂ ਡੇਲੀ ਰੂਟੀਨ ਕਾਮ ਕੇ ਇਲਾਵਾ ਐਟਲੀਸਟ 1 hour ਟੂ 40 minutes ਡੇਲੀ ਵਾਕਿੰਗ ਔਰ ਹੈਲਦੀ ਖਾਣਾ ਖਾਣਾ ਚਾਹੀਏ ਐਂਡ ਸਭਸੇ ਜ਼ਿਆਦਾ ਫਾਸਟ ਫੂਡ ਇਹ ਅਵੋਇਡ ਕਰਨਾ ਚਾਹੀਏ ਐਂਡ ਜੰਕ ਫੂਡ ਅਵੋਇਡ ਕਰਨਾ ਚਾਹੀਏ ਸਟ੍ਰੈਸ ਕਮ ਕਰਨਾ ਚਾਹੀਏ ਐਂਡ ਫੈਮਿਲੀ ਕੇ ਸਾਥ ਟਾਈਮ ਜ਼ਿਆਦਾ ਬਿਤਾਉਣਾ ਚਾਹੀਏ ਹੈਪੀ ਹਾਰਟ ਇਜ਼ ਏ ਹੈਲਦੀ ਹਾਰਟ ਸੋ ਸਟ੍ਰੈਸ ਦਾ ਕਿੱਡਾ ਵੱਡਾ ਰੋਲ ਹੈ ਹਾਰਟ ਅਟੈਕ 'ਚ ਕਿਉਂਕਿ ਮੈਂ ਹੁਣ ਸਿਚੁਏਸ਼ਨ ਅਸੀਂ ਨਿਊਜ਼ ਹੀ ਲੋਕਾਂ ਤੱਕ ਪਹੁੰਚਾਉਂਦੇ ਹਾਂ ਤਾਂ ਬੜੀ ਵਾਰ ਸੁਣਦੇ ਹਾਂ ਕੋਈ ਜਿਮ ਵਿੱਚ ਗਿਆ ਉਹਨੇ ਜਿਹੜੇ ਸਪਲੀਮੈਂਟਸ ਦੀ ਡੋਜ਼ ਵੱਧ ਲੈ ਲਈ ਉਹਦੇ ਕਰਕੇ ਹਾਰਟ ਅਟੈਕ ਆ ਗਿਆ ਕੋਈ ਸਟ੍ਰੈਸ ਵਿੱਚ ਆ ਗਿਆ ਤਾਂ ਹਾਰਟ ਅਟੈਕ ਆ ਗਿਆ ਡਿਪਰੈਸ਼ਨ ਲਾ ਲਈਏ ਜਾਂ ਸਟ੍ਰੈਸ ਲਾ ਲਈਏ ਇਹ ਕਿੰਨਾ ਕੁ ਵੱਡਾ ਕਾਰਨ ਬਣ ਜਾਂਦਾ ਹਾਰਟ ਅਟੈਕ ਦੇ ਲਈ ਦੇਖੋ ਹਮਾਰਾ ਮੈਂਟਲ ਹੈਲਥ ਇਜ਼ ਰਿਲੇਟਡ ਟੂ ਆਵਰ ਓਵਰਆਲ
बॉडी हेल्थ एंड इवन हार्ट हेल्थ। तो स्ट्रेस हमें कम करना चाहिए। स्ट्रेस कम करने के लिए या आजकल साइकोलॉजिस्ट की मदद ले सकते हैं कि जिनमें ज़्यादा स्ट्रेस है, या आप अपनी लाइफस्टाइल को मॉडिफाई करके योगासन कर सकते हैं, सूर्य नमस्कार कर सकते हैं एंड मेडिटेशन कर सकते हैं। एंड आप सबसे ज़्यादा बाहर टाइम स्पेंड करने से अच्छा, या कोई स्ट्रेस में उलझाने के कारण स्ट्रेस बढ़ जाती है, तो उस आप घर में आप फैमिली के साथ टाइम स्पेंड करेंगे। आई थिंक लॉकडाउन काफ़ी हद तक तो ये हमारा वापस फैमिली के साथ जुड़ने के लिए मदद किया लॉकडाउन करके। हम तंग भी हो गए थे ना फैमिली से, चले बाहर चले तो बाहर फैमिली के साथ घूम सकते हैं। तो फैमिली थ्री इडियट्स वाला फार्मूला यूज कर सकते हैं, जब लगे कि बहुत ज़्यादा स्ट्रेस है तो ऑल इज वेल, ऑल इज वेल कर सकते हैं। यस दैट इज बेस्ट, ऑल इज दिखा दो कि ऑल इज वेल, ऑल इज वेल, ऑल इज वेल, ऑल इज वेल, हार्ट इज वेल, हार्ट इज वेल। सर ਸਾਡੇ ਨਾਲ ਸਚਿਨ ਸੂਜ ਜੀ ਵੀ ਮੌਜੂਦ ਹਨ। ਸਰ ਮੋਰ ਅਫੋਰਡੇਬਲ ਮੋਰ ਰਿਲਾਇਬਲ ਤੁਹਾਡਾ ਸਲੋਗਨ ਹੈ, ਉਹਦੇ ਬਾਰੇ ਥੋੜਾ ਜ਼ਰੂਰ ਜਾਣਕਾਰੀ ਦਿਓ। ਮੋਰ ਅਫੋਰਡੇਬਲ ਇਸ ਲਈ ਕਹਿਣਾ ਚਾਹੁੰਦੇ ਹਾਂ ਬਿਕੋਜ਼ IVY ਇਜ਼ ਓਨਲੀ ਹਸਪੀਟਲ ਇਨ ਦਾ ਏਰੀਆ, ਡਿਸਟ੍ਰਿਕਟ ਦੇ ਵਿੱਚ ਇੱਕ ਸਭ ਤੋਂ ਬੜਾ ਮਲਟੀ ਸੁਪਰ ਸਪੈਸ਼ਲਿਟੀ ਹਸਪੀਟਲ ਹੈ। ਅਤੇ ਮੋਰ ਅਫੋਰਡੇਬਲ ਇਸ ਲਈ ਹੈ ਕਿ ਸਾਡੇ ਕੋਲ ਹਰੇਕ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਆ, ਚਾਹੇ ਉਹ ਕਿਸੇ ਵੀ ਤਬਕਾ ਹੋਏ, ਗਰੀਬ ਤਬਕੇ ਦਾ ਹੋਏ ਜਾਂ ਕੋਈ ਵੀ ਹੋਏ, ਇਹਦੇ 'ਚ ਸਾਡੇ ਲਈ ਕੋਈ ਪਾਰਸ਼ੈਲਿਟੀ ਨਹੀਂ ਹੈਗੀ ਪੇਸ਼ੈਂਟ ਵੱਲੋਂ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜਾ ਪੇਸ਼ੈਂਟ ਆਏ ਇੱਥੋਂ ਹੈਲਦੀ ਹੋ ਕੇ ਜਾਏ, ਉਹਨੂੰ ਕੁਆਲਿਟੀ ਆਫ ਕੇਅਰ ਮਿਲੇ। ਅਤੇ ਜਿੰਨੇ ਵੀ ਡਾਕਟਰ ਸਾਡੇ ਟ੍ਰੀਟਿੰਗ ਹੈਗੇ ਆ, ਦੇ ਆਰ ਬੈਸਟ ਆਫ ਦੇ ਬੈਸਟ ਇਨ ਦ ਫੀਲਡ ਐਂਡ ਵੀ ਹੈਵ ਨੋ ਡਾਊਟਸ ਇਨ ਦਰ ਅਬਿਲਿਟੀ ਐਂਡ ਵੀ ਵਾਂਟ ਟੂ ਮੇਕ ਸ਼ੋਰ ਕਿ ਜਿੰਨੇ ਵੀ ਪੇਸ਼ੈਂਟ ਆ ਸਾਡੇ ਠੀਕ ਹੋ ਕੇ ਜਾਣ, ਅਤੇ ਇਹੀ ਸੰਦੇਸ਼ ਸਾਡਾ ਲੈ ਕੇ ਜਾਣ ਅੱਗੇ ਵੀ, ਜਿਹੜੇ ਅਸੀਂ ਐਡਮਿਟ ਹੁੰਦੇ ਹਾਂ ਬਾਅਦ 'ਚ ਠੀਕ ਹੋ ਕੇ ਆਉਂਦੇ ਹਾਂ, ਤਾਂ ਇਹੀ ਸਾਡਾ ਉਪਰਾਲਾ ਹੈਗਾ। ਡਾਕਟਰ ਤਾਂ ਇਹ ਚਾਹੁੰਦੇ ਹਰ ਇੱਕ ਜਿਹੜਾ ਪੇਸ਼ੈਂਟ ਆ ਠੀਕ ਹੋ ਕੇ ਜਾਵੇ, ਤੁਸੀਂ ਕਿ ਕੁਆਲਿਟੀ ਟ੍ਰੀਟਮੈਂਟ ਮਿਲਦਾ ਉਹਨੂੰ, ਥੋੜ੍ਹਾ ਐਕਸਪਲੇਨ ਕਰ ਸਕਦੇ ਕਿ ਕਿਹੋ ਜਿਹੇ ਤੁਹਾਡੇ ਕੋਲ ਇਕਵਿਪਮੈਂਟਸ ਨੇ ਜਿਹੜਾ ਤੁਸੀਂ ਡਿਟੈਕਟ ਕਰ ਸਕਦੇ ਫਾਸਟਲੀ? ਕੋਈ ਵੀ ਪੇਸ਼ੈਂਟ ਜਦ ਹਸਪੀਟਲ ਵਿੱਚ ਆਉਂਦਾ ਹੈ, ਉਹ ਇੱਕ ਸਮੱਸਿਆ ਦੇ ਨਾਲ ਆਇਆ, ਉਸ ਸਮੱਸਿਆ ਨੂੰ ਅਸੀਂ ਕਿੱਦਾਂ ਕਰ ਸਕਦੇ ਹਾਂ? ਕੁਆਲਿਟੀ ਆਫ ਟ੍ਰੀਟਮੈਂਟ ਨੋਟ ਓਨਲੀ ਕੁਆਲਿਟੀ ਆਫ ਟ੍ਰੀਟਮੈਂਟ ਹੈ, ਉਹਦੇ ਲਈ ਤੁਹਾਨੂੰ ਰਿਸੈਪਸ਼ਨ ਤੋਂ ਸ਼ੁਰੂ ਹੋ ਜਾਂਦਾ, ਤੁਸੀਂ ਕਿਹਦੇ ਨਾਲ ਕਿੱਦਾਂ ਗੱਲਬਾਤ ਕਰ ਰਹੇ ਹੋ, ਵੇਟਿੰਗ ਏਰੀਆ ਲੋਬੀ 'ਚ ਕਿੱਦਾਂ ਘਟਾ ਸਕਦੇ ਹੋ, ਉਸ ਤੋਂ ਬਾਅਦ ਕੋਈ ਵੀ ਤੁਹਾਡਾ ਪਬਲਿਕ ਰਿਲੇਸ਼ਨ ਆਫਿਸਰ ਹੈ ਜਿਹੜਾ ਕਿ ਪੇਸ਼ੈਂਟ ਨੂੰ ਦੇਖੇ, ਉਹਦੇ ਰਿਲੇਟਿਵਸ ਨੂੰ ਦੇਖੇ, ਪੇਸ਼ੈਂਟ ਐਡਮਿਟ ਹੁੰਦਾ, ਉਸ ਤੋਂ ਬਾਅਦ ਨਰਸਿਸ, ਸਟਾਫ, GDAs, ਡਾਕਟਰਸ, ਜਦ ਤੱਕ ਪੇਸ਼ੈਂਟ ਡਿਸਚਾਰਜ ਹੋ ਕੇ ਨਹੀਂ ਜਾਂਦਾ, ਉਹਨੂੰ ਸਾਰਾ ਹੀ ਕੁਆਲਿਟੀ ਆਫ ਕੇਅਰ ਕਹਿੰਦੇ, ਨਾ ਕਿ ਇੱਕ ਚੀਜ਼ ਨੂੰ ਜਿਹੜਾ ਟ੍ਰੀਟਮੈਂਟ ਹੈ। ਅਸੀਂ ਚਾਹੁੰਦੇ ਹਾਂ ਕਿ ਜਿਹੜੇ ਵੀ ਪੇਸ਼ੈਂਟ ਸਾਡੇ ਕੋਲ ਹੈ ਪੂਰਾ ਸੈਟਿਸਫਾਈਡ ਹੋ ਕੇ ਜਾਏ, ਅਤੇ ਉਹਨੂੰ ਪੂਰੀ ਟ੍ਰੀਟਮੈਂਟ ਮਿਲੇ। ਸਰ ਇੱਕ ਸਵਾਲ ਦਾ ਜਵਾਬ ਜ਼ਰੂਰ ਦਈਏ ਕਿਉਂਕਿ ਬਹੁਤ ਕਰੂਸ਼ੀਅਲ ਹੈ। ਜਿਹੜੇ ਲੋਕ ਐਜੂਕੇਟਡ ਨੇ ਤੁਹਾਡੀ ਤਰ੍ਹਾਂ, ਜਾਂ ਪੜ੍ਹੇ ਲਿਖੇ ਨੇ, ਜਾਂ ਸਾਡੇ ਕੈਮਰਾਮੈਨ ਦੀ ਤਰ੍ਹਾਂ ਪੜ੍ਹੇ ਲਿਖੇ ਨੇ, ਉਹ ਤਾਂ ਜਾਂਦੇ ਨੇ ਆਪਣਾ ਰੈਗੂਲਰ ਰੂਟੀਨ ਚੈੱਕਅਪ ਕਰਾਉਂਦੇ ਨੇ। ਜਿਹੜੇ ਕੁਝ ਲੋਕ ਮੇਰੇ ਵਰਗੇ ਆ, ਡਰੇ ਰਹਿੰਦੇ ਨੇ, ਉਹਨਾਂ ਨੂੰ ਲੱਗਦਾ ਕਿ ਆ ਡਾਕਟਰ ਕੋਲ ਜਾਵਾਂਗੇ ਕੋਈ ਨਵਾਂ ਪੰਗਾ ਪਾ ਲਾਂਗੇ, ਪਤਾ ਨਹੀਂ ਉਹਨਾਂ ਨੇ ਕਿਹੜੀ ਬਿਮਾਰੀ ਕੱਢ ਦੇਣੀ ਆ। ਉਹਨਾਂ ਨੂੰ ਕਿਵੇਂ ਐਜੂਕੇਟ ਕਰੂਗੇ, ਜਾਂ ਉਹਨਾਂ ਨੂੰ ਕਿਵੇਂ ਇਨਫੋਰਮ ਕਰਨਾ ਚਾਹੁੰਦੇ ਹੋ, ਉਹਨਾਂ ਨੂੰ ਕਿਵੇਂ ਸੁਨੇਹਾ ਦੇਣਾ ਚਾਹੁੰਦੇ ਹੋ? ਕੋਈ ਰੈਗੂਲਰ ਰੂਟੀਨ ਚੈੱਕਅਪ ਬਹੁਤ ਜ਼ਰੂਰੀ ਹੈ ਹਾਲ ਦੀ ਘੜੀ, ਕਿਉਂਕਿ ਜਿਵੇਂ ਸਵਰ ਨੇ ਦੱਸਿਆ ਕਿ ਲਾਈਫ ਸਟਾਈਲ ਸਾਡਾ ਬਹੁਤ ਕਿ ਇਹ ਤਾਂ ਦੁਚਿੱਤੀ ਵਾਲਾ ਹੋ ਗਿਆ, ਅਸੀਂ ਆਪਣੇ ਆਪ ਨਹੀਂ ਆਪਣੀ ਬਾਡੀ ਨੂੰ ਨਹੀਂ ਟਾਈਮ ਦੇ ਪਾ ਰਹੇ ਹਾਂ। CDC ਐਂਡ WHO ਇੱਕ ਰਿਕਮੈਂਡੇਸ਼ਨ ਹੈਗੀ ਹੈ ਕਿ ਹਰ ਇੱਕ ਸਾਲ ਆਦਮੀ ਨੂੰ ਇੱਕ ਐਨੂਅਲ ਵੈਲਨੈਸ ਵਿਜ਼ਿਟ ਕਰਾਉਣਾ ਚਾਹੀਦਾ, ਉਹਦੇ ਵਿੱਚ ਸਾਰੇ ਟੈਸਟ ਹੁੰਦੇ ਆ, ਅਤੇ ਉਹ ਅਸੀਂ ਜਿੰਨੀ ਜਲਦੀ ਹੋ ਸਕੇ ਕਰਾਉਣਾ ਚਾਹੀਦਾ ਸਾਨੂੰ। ਉਹਦੇ 'ਚ ਕੀ ਹੁੰਦਾ ਕਿ ਇਟਸ ਨੋਟ ਕਿ ਤੁਹਾਨੂੰ ਬਿਮਾਰੀ ਹੋ ਗਈ ਹੈ ਤਾਂ ਤੁਸੀਂ ਇਲਾਜ ਕਰਾਉਣਾ, ਇਟਸ ਅ ਪ੍ਰੀਵੈਂਟਿਵ ਮੈਜਰ ਕਿ ਤੁਸੀਂ ਆਪਣਾ ਬਿਮਾਰ ਹੋਣ ਤੋਂ ਪਹਿਲਾਂ ਚੈੱਕਅਪ ਕਰਾਉਣਾ, ਤਾਂ ਕਿ ਤੁਹਾਨੂੰ ਕਦੀ ਕੋਈ ਬਿਮਾਰੀ ਨਿਕਲੇ ਤਾਂ ਤੁਸੀਂ ਉਹਦਾ ਪਹਿਲਾਂ ਤੋਂ ਜਾਣ ਦਿਓ ਕਿ ਤੁਹਾਨੂੰ ਬਿਮਾਰੀ ਹੋ ਸਕਦੀ ਹੈ। ਉਹਦੇ ਲਈ ਤੁਸੀਂ ਪ੍ਰੀਕੋਸ਼ਨਸ ਲੈ ਸਕਦੇ ਹੋ, ਜਿਹਦੇ 'ਚ ਐਕਸਰਸਾਈਜ਼ ਵੀ ਹੈਗੀ ਹੈ, ਜਿਹਦੇ ਸਰ ਜਿਹੜਾ ਡਰ ਹੈ, ਐਂਜਾਇਟੀ ਹੈ ਕਿ ਮੈਂ ਜੇ ਹਸਪੀਟਲ ਗਿਆ ਤਾਂ ਮੈਨੂੰ ਉਹਨਾਂ ਨੇ ਉੱਥੇ ਹੀ ਰੱਖ ਲੈਣਾ, ਭੇਜਣਾ ਨਹੀਂ ਵਾਪਸ? ਦੇਖੋ, ਉਹ ਡਰ ਕਿਉਂ ਹੁੰਦਾ ਹੈ? ਕਿਉਂਕਿ ਲੈਕ ਆਫ ਨੌਲੇਜ, ਜੇ ਅਨਪੜ੍ਹਤਾ ਵੀ ਕਹਿ ਸਕਦੇ ਹਾਂ, ਜਾਂ ਕਿਸੇ ਨੂੰ ਸਮਝ ਨਹੀਂ ਹੈ ਕਿਸੇ ਚੀਜ਼ ਦੀ, ਜਾਂ ਕਿਸੇ ਦੇ ਡਰਾਉਣ ਨਾਲ, ਇਹ ਸਾਰੀ ਚੀਜ਼ਾਂ ਤੋਂ ਉੱਠ ਕੇ ਬੰਦੇ ਨੂੰ ਸੋਚਣਾ ਚਾਹੀਦਾ ਕਿ ਮੇਰੇ ਲਈ ਕੀ ਇੰਪੋਰਟੈਂਟ ਹੈ। ਅੱਜ ਮੈਂ ਬਿਮਾਰ ਹਾਂ, ਜੇ ਮੈਂ ਹਸਪੀਟਲ ਨਹੀਂ ਜਾਊਂਗਾ ਤਾਂ ਹੋਰ ਵੀ ਬਿਮਾਰ ਹੋ ਸਕਦਾ, ਅਤੇ ਅੱਜ ਮੈਂ ਆਪਣੀ ਮਰਜ਼ੀ ਨਾਲ ਜਾ ਸਕਦਾ, ਕੱਲ੍ਹ ਨੂੰ ਮੈਨੂੰ ਮਜਬੂਰੀ ਜਾਣਾ ਪਊਗਾ, ਠੀਕ ਹੈ ਨਾ? ਉਹ ਮਜਬੂਰੀ ਫਿਰ ਆਦਮੀ ਨੂੰ ਹੋਰ ਬਿਮਾਰ ਕਰੇਗੀ, ਹੋਰ ਉਹਦਾ ਇਲਾਜ ਹੋਏਗਾ, ਹੋਰ ਹਸਪੀਟਲ ਸਟੇ ਵੱਧ ਸਕਦਾ। ਤਾਂ ਇਸ ਲਈ ਟਾਈਮ ਸਿਰ ਜਾਓ, ਕਿਸੇ ਦੀ ਗੱਲਾਂ 'ਚ ਨਾ ਆਓ, ਕਿਉਂਕਿ ਡਾਕਟਰ ਤੋਂ ਜ਼ਿਆਦਾ ਤੁਹਾਨੂੰ ਕੋਈ ਨਹੀਂ ਦੱਸ ਸਕਦਾ ਕਿ ਤੁਸੀਂ ਕਿੰਨੇ ਕੁ ਬਿਮਾਰ ਹੋ, ਕਿੰਨੇ ਕੁ ਠੀਕ ਹੋ। ਬਹੁਤ ਚੰਗਾ ਲੱਗਿਆ ਜੀ ਤੁਹਾਡੇ ਨਾਲ ਮਿਲਕਰ। ਜਾਂਦੇ ਜਾਂਦੇ ਅਸੀਂ ਇੰਨਾ ਜ਼ਰੂਰ ਕਹਿਣਾ ਚਾਹਾਂਗੇ ਕਿ ਸਰ ਟੇਕ ਗੁੱਡ ਕੇਅਰ ਆਫ ਯੋਰ ਹਾਰਟ, ਕਿਉਂਕਿ ਦਿਲ ਧੜਕਣਾ ਬਹੁਤ ਜ਼ਰੂਰੀ ਹੈ। ਤਾਂ ਫਿਰ ਆਪਾਂ ਤੁਸੀਂ ਵੀ ਕੁਛ ਜ਼ਰੂਰ ਕਹਿ ਦਿਓ ਕਿ ਦਿਲ ਧੜਕਣਾ ਬਹੁਤ ਜ਼ਰੂਰੀ ਹੈ, ਕੋਈ ਆਪਣਾ ਸਲੋਗਨ ਆਪ ਬੋਲਣਾ ਚਾਹੇ ਤਾਂ। ਇਸ ਇਸ ਸਾਲ ਕਾ ਵਰਲਡ ਹਾਰਟ ਡੇ ਥੀਮ ਹੈ ਯੂਜ਼ ਹਾਰਟ ਟੂ ਕਨੈਕਟ, ਕਿਉਂਕਿ ਕਈ ਜਗ੍ਹਾ ਹੋਤੇ ਕਿ ਜੋ ਪੂਅਰ ਲੋਕ ਹੋਤੇ ਉਨਕੋ ਕੰਸਲਟੇਸ਼ਨ ਕੀ ਦਿੱਕਤ ਹੋਤੀ ਹੈ। ਆਜ ਕੱਲ੍ਹ ਸਭ ਕੇ ਹਾਥ ਮੇ ਸਮਾਰਟਫੋਨ ਹੈ, ਤੋ ਸਮਾਰਟਫੋਨ ਕੇ ਜ਼ਰੀਏ ਜਬ ਲੋਕਡਾਊਨ ਹੋ ਜਾਂ ਡਾਕਟਰ ਕੇ ਪਾਸ ਨਹੀਂ ਜਾ ਸਕਦੇ, ਤੋ ਆਪ ਡਾਕਟਰ ਕਾ ਕੰਸਲਟ ਲੈ ਕੇ ਆਪਣਾ ਹਾਰਟ ਕੋ ਹੈਲਦੀ ਰੱਖ ਸਕਦੇ। ਸਰ ਕੰਸਲਟੇਸ਼ਨ ਬਾਰੇ ਇਹਨਾਂ ਨੇ ਗੱਲ ਕੀਤੀ, ਕੋਈ ਸੋਸ਼ਲ ਵਰਕ ਕਰ ਰਹੇ ਜਿਹਨਾਂ ਨੇ ਪੂਅਰ ਬੰਦੇ ਦੀ ਗੱਲ ਕੀਤੀ ਹੈ, ਜਿਹੜੇ ਬਿਲੋ ਪਾਵਰਟੀ ਲਾਈਨ ਹੈ, ਉਹਨਾਂ ਲਈ IVY ਕੋਈ ਸੋਸ਼ਲ ਵਰਕ ਵੀ ਕਰ ਰਹੇ? ਅਸੀਂ ਵਰਲਡ ਹਾਰਟ ਡੇ ਤਾਂ ਅੱਜ ਹੀ ਹੈ, ਬਟ ਅਸੀਂ ਪੂਰਾ ਮਹੀਨਾ ਫ੍ਰੀ ਕੈਂਪੇਨ ਚਲਾਇਆ, ਜਿਹਦੇ 'ਚ ਅਸੀਂ ਕੰਸਲਟੇਸ਼ਨ ਕੋਈ ਚਾਰਜ ਨਹੀਂ ਕੀਤਾ, ਸਾਰੇ ਟੈਸਟ ਵੀ ਕੀਤੇ ਹਾਂ ਹਸਪੀਟਲ ਦੇ ਵਿੱਚ। ਅਸੀਂ ਮੇਕ ਸ਼ੋਰ ਕਰਨਾ ਚਾਹੁੰਦੇ ਹਾਂ ਕਿ ਕਿਸੇ ਵੀ ਤਬਕੇ ਦਾ ਲੋਕ ਕੋਈ ਵੀ ਆਏ ਸਾਡੇ ਕੋਲ, ਅਸੀਂ ਚਾਹੁੰਦੇ ਹਾਂ
ਸਾਨੂੰ ਇਹਦੇ 'ਚ ਕੋਈ ਨਹੀਂ ਹੈਗਾ ਕਿ ਸਾਨੂੰ ਕੋਈ ਪਹਿਲਾਂ ਪੈਸੇ ਦੇ ਕੇ ਜਾਏ, ਸਾਨੂੰ ਹੈ ਕਿ ਪੇਸ਼ੈਂਟ ਆਇਆ ਉਹਨੂੰ ਕਿੱਦਾਂ ਦੇਖਣਾ, ਚਾਹੇ ਕਿਸੇ ਵੀ ਤਬਕੇ ਦਾ ਹੈਗਾ ਠੀਕ ਹੋ ਕੇ ਜਾਏ। ਬਹੁਤ ਸ਼ੁਕਰੀਆ ਸਰ, ਬਹੁਤ ਚੰਗਾ ਲੱਗਿਆ। ਤਾਂ ਇਹਨਾਂ ਨੇ ਜਿਹੜਾ ਮੈਰਾਥਨ ਕੀਤਾ ਹੈ, ਵਰਲਡ ਹਾਰਟ ਡੇ ਨੂੰ ਸੈਲੀਬ੍ਰੇਟ ਕੀਤਾ, ਬਹੁਤ ਚੰਗਾ ਲੱਗਿਆ। ਕਿਉਂਕਿ ਇੱਕ ਰਿਪੋਰਟ ਮੈਂ ਹੋਰ ਪੜ੍ਹੀ ਸੀ, ਉਹਦੇ ਵਿੱਚ ਕਿਹਾ ਸੀ ਕਿ ਡਾਕਟਰਸ ਨੇ ਧਾਰਨਾ ਧਾਰੀ ਹੋਈ ਹੈ ਕਿ 2012 ਤੋਂ ਲੈ ਕੇ 2025 ਤੱਕ ਜਿਹੜੀ ਹੈ 18.6 million ਡੈਥਸ ਹੁੰਦੀਆਂ ਨੇ ਹਾਰਟ ਅਟੈਕਸ ਕਰਕੇ, ਉਹਨਾਂ ਨੂੰ 25% ਤੱਕ ਰਿਡਿਊਸ ਕਰਨਾ। ਔਰ ਅਗਰ ਇਸ ਤਰੀਕੇ ਨਾਲ ਜਾਗਰੂਕਤਾ ਆਉਂਦੀ ਰਹੇਗੀ ਤਾਂ ਡੈਫੀਨੇਟਲੀ ਜਿਹੜਾ ਇਹਨਾਂ ਦਾ ਟਾਰਗੇਟ ਉਹਨੂੰ ਅਚੀਵ ਕਰ ਲੈਣਗੇ। ਨਾਲ ਦੀ ਨਾਲ ਇੱਧਰ ਵੀ ਦਿਖਾ ਦਿਓ ਕਿ ਇਹਨਾਂ ਨੇ ਰਿਫਰੈਸ਼ਮੈਂਟ ਵੀ ਲਗਾਈ ਹੋਈ ਹੈ ਅਤੇ ਜੂਸ ਔਰ ਪਾਣੀ ਦੀ ਵੀ ਜਿਹੜੀ ਸੁਵਿਧਾ ਇੱਥੇ ਉਪਲਬਧ ਹੈ। ਏਰੀਆ ਵਿੱਚ ਆਨੰਦ ਜੀ ਖੁਦ ਸੇਵਾ ਕਰ ਰਹੇ ਨੇ, ਜਿਹੜੇ ਮੈਡੀਸਨ ਦੇ ਸਪੈਸ਼ਲਿਸਟ ਨੇ। ਆਨੰਦ ਜੀ, ਆਨੰਦ ਆ ਰਿਹਾ ਅੱਜ? ਹਾਂਜੀ ਹਾਂਜੀ ਆ ਰਿਹਾ, ਬਹੁਤ ਆ ਰਿਹਾ। ਸਿੱਧਾ ਹੀ ਬੋਲਣਾ ਚਾਹਤਾ ਹਾਂ ਅੱਜ ਕਿ ਮਤਲਬ ਸਾਰੇ ਕਿ ਮਤਲਬ ਆਪਣਾ ਸਿਹਤ ਕੇ ਬਾਰੇ ਮੇਂ ਤੋ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। BP ਔਰ ਸ਼ੂਗਰ ਕੰਟਰੋਲ ਰੱਖੋਗੇ ਤੋ ਹਾਰਟ ਕੀ ਪ੍ਰੋਬਲਮ ਨਾ ਆਨੇ ਕਾ ਸੰਭਾਵਨਾ ਕਮ ਹੋ ਜਾਤਾ ਹੈ। ਬੈਟਰ ਹੈ ਪਹਿਲੇ ਸੇ, ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਤੋ ਬੈਟਰ ਹੈ ਹਮੇਸ਼ਾ ਕਿ ਮਤਲਬ ਆਪ ਸੁਬਹੇ ਉੱਠ ਕੇ ਥੋੜ੍ਹਾ ਦੇਰ ਕੇ ਲੇਟਸ 30 ਮਿੰਟਸ ਡੇਲੀ ਵਾਕ ਕਰੋਗੇ ਤੋ ਆਪਕੀ ਸਿਹਤ ਕੇ ਲਈ ਬਹੁਤ ਅੱਛਾ ਰਹੇਗਾ। ਬਹੁਤ ਸ਼ੁਕਰੀਆ ਜੀ ਆਨੰਦ ਜੀ, ਬਹੁਤ ਅੱਛੇ ਤਰੀਕੇ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਹੋਸਪਿਟਲ ਦੇ ਚੈੱਕ ਕਰਦੇ ਨੇ। ਤਾਂ ਇਹ ਤਸਵੀਰਾਂ IVY ਹੋਸਪਿਟਲ ਦੇ ਕਰੂ ਮੈਂਬਰਸ ਦੀ ਹਨ, ਤੁਹਾਨੂੰ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਦਿਖਾਇਆ ਕਿ ਕਿਵੇਂ ਇਹਨਾਂ ਨੇ ਜਿਹੜਾ ਮੈਰਾਥਨ ਸ਼ੁਰੂ ਕੀਤਾ ਔਰ ਹੁਣ ਇੱਥੋਂ ਡਿਸਪਰਸ ਹੋ ਰਿਹਾ। ਸੋਸ਼ਲ ਵਰਕ ਦੀ ਵੀ ਵਿੱਚ ਗੱਲ ਕੀਤੀ ਗਈ ਹੈ। ਤਾਂ ਆਖਿਰ ਵਿੱਚ ਮੈਂ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਕਿ ਜੇ ਸਟ੍ਰੈਸ ਆਉਂਦਾ, ਸਟ੍ਰੈਸ ਨੂੰ ਜ਼ਰੂਰ ਜਿਹੜਾ ਦੂਰ ਜ਼ਰੂਰ ਕਰੋ ਔਰ ਇੰਨਾ ਹੀ ਸੋਚੋ ਕਿ ਆਲ ਇਜ਼ ਵੈਲ, ਪਰਮਾਤਮਾ ਤੁਹਾਡੇ ਨਾਲ ਹੈ, ਪਰਮਾਤਮਾ ਹਮੇਸ਼ਾ ਤੁਹਾਨੂੰ ਤੰਦਰੁਸਤ ਰੱਖੇਗਾ। ਬੜੇ ਰਹਿਣਾ ਵੀ 32 ਨਵਾਂ ਚੈਨਲ, ਆਪਣੇ ਛੋਟੇ ਵੀ ਤਰੀਕੇ ਕੈਮਰਾ ਪਰਸਨ ਵਿਜੇ ਕੁਮਾਰ ਨੂੰ ਇਜਾਜ਼ਤ ਦਿਓ, ਬਹੁਤ ਜਲਦੀ ਫਿਰ ਤੋਂ ਹਾਜ਼ਰ ਹੋਵਾਂਗੇ।